ਨਾਨਕ ਅਕੈਡਮੀ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਕੀਤਾ ਜਾਂਦਾ ਹੈ ਤੁਹਾਨੂੰ ਇੱਕ ਜਾਣਕਾਰੀ ਦੇਣੀ ਚਾਹੁੰਦੇ ਆ ਕਿ ਆਪਾਂ ਜਿਹੜਾ ਹੈਗਾ ਆਪਣੇ ਚੈਨਲ ਦਾ ਨਾਮ ਨਾਨਕ ਅਕੈਡਮੀ ਜੋ ਰੱਖਿਆ ਸੀ ਕੁਝ ਟੈਕਨੀਕਲ ਕਾਰਨ ਕਰਕੇ ਉਸ ਨੂੰ ਬਦਲਣ ਜਾ ਰਹੇ ਆ ਆਪਾਂ ਉਸ ਦਾ ਨਾਮ ਹੈਗਾ ਜੀ ਐਨ ਡੀ ਐਸ ਅਕੈਡਮੀ ਕਰ ਦਿੱਤਾ ਹੈ ਸੋ ਇਹ ਨੋਟ ਕੀਤਾ ਜਾਵੇ ਇਹ ਕਿਉਂ ਚੇਂਜ ਕੀਤਾ ਗਿਆ ਹੈ ਕਿਉਂਕਿ ਕੁਝ ਵਿਦਿਆਰਥੀਆਂ ਦਾ ਜਿਹੜਾ ਹੈਗਾ ਮੈਸੇਜ ਆ ਰਿਹਾ ਸੀ ਕਿ ਚੈਨਲ ਸਰਚਿੰਗ ਲਿਸਟ ਦੇ ਵਿੱਚ ਨਹੀਂ ਆ ਰਿਹਾ ਤੇ ਜੇ ਆ ਰਿਹਾ ਤਾਂ ਬਹੁਤ ਨੀਚੇ ਆ ਰਿਹਾ ਉਹਦੇ ਨਾਲ ਮਿਲਦੇ ਜੁਲਦੇ ਹੋਰ ਚੈਨਲ ਨੇਮ ਹਨ ਸੋ ਇਸ ਕਰਕੇ ਅਸੀਂ ਇਸ ਨੂੰ ਜਿਹੜਾ ਹੈਗਾ ਧਿਆਨ ਵਿੱਚ ਰੱਖਦੇ ਹੋਏ ਤੇ ਤੁਹਾਡੀ ਸਹੂਲਤ ਦੇ ਲਈ ਚੈਨਲ ਦਾ ਨੇਮ ਹੈ ਜਿਹੜਾ ਉਹ ਚੇਂਜ ਕੀਤਾ ਹੈ ਹੁਣ ਜਦੋਂ ਵੀ ਤੁਸੀਂ ਜਿਹੜੀ ਹੈਗਾ YouTube ਦੇ ਵਿੱਚ GNDS ਅਕੈਡਮੀ ਸਰਚ ਕਰੋਗੇ ਤਾਂ ਤੁਹਾਨੂੰ ਸਾਰੀਆਂ ਵੀਡੀਓ ਤੁਹਾਡੇ ਚੈਨਲ ਨਾਲ ਰਿਲੇਟਡ ਹੀ ਮਿਲਣਗੀਆਂ ਚੈਨਲ ਦਾ ਨਾਮ ਵੀ ਮਿਲੂਗਾ ਸੋ ਸਾਡੇ ਨਾਲ ਜੁੜੇ ਰਹੋ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਆਓ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਆਪਣਾ ਅੱਜ ਦਾ ਟੌਪਿਕ ਜਿਹੜਾ ਹੈਗਾ ਉਸ ਦੇ ਅਗਲੇ 25 ਕੁਐਸਚਨ ਜਿਹੜੇ ਵਹਿਦਤ ਪੀੜ ਦੇ ਆਪਾਂ ਪਹਿਲਾਂ ਪਿਛਲੀ ਕਲਾਸ ਦੇ ਵਿੱਚ ਕਰ ਚੁੱਕੇ ਹਾਂ ਅੱਜ ਉਸ ਤੋਂ ਅਗਲੇ 25 ਐਮਸੀਕਿਊ ਕਰਨ ਜਾ ਰਹੇ ਹਾਂ ਸੋ ਵੀਡੀਓ ਨੂੰ ਪੂਰਾ ਦੇਖੋ ਧਿਆਨ ਨਾਲ ਦੇਖੋ ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਨੋਟਸਾਂ ਦੀ ਪ੍ਰਾਪਤੀ ਦੇ ਲਈ ਐਮਸੀਕਿਊ ਦੇ ਤੁਸੀਂ ਸਾਨੂੰ ਜਿਹੜਾ ਹੈਗਾ WhatsApp ਤੇ ਮੈਸੇਜ ਕਰ ਸਕਦੇ ਹੋ ਵੀਡੀਓ ਦੇ ਲਾਸਟ ਵਿੱਚ ਤੁਹਾਨੂੰ ਜਿਹੜਾ ਹੈਗਾ WhatsApp ਨੰਬਰ ਪ੍ਰੋਵਾਈਡ ਕਰਵਾ ਦਿੱਤਾ ਜਾਵੇਗਾ ਸੋ ਬਹੁਤੀ देर ਨਾ ਕਰਦੇ ਹੋਏ ਆਪਾਂ ਆਪਣਾ ਅੱਜ ਦਾ ਟੌਪਿਕ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਪਰ ਜੇਕਰ ਹਜੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਨਹੀਂ ਕੀਤਾ ਸ਼ੇਅਰ ਨਹੀਂ ਕੀਤਾ ਤਾਂ ਇਹ ਕੰਮ ਪਹਿਲਾਂ ਜ਼ਰੂਰ ਕਰ ਲਓ ਕਿਉਂਕਿ ਫਿਰ ਕਲਾਸ ਦੇ ਵਿੱਚੋਂ ਤੁਸੀਂ ਡਿਸਟਰਬ ਨਾ ਹੋਵੋ ਇਸ ਲਈ ਤੁਹਾਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਮਿਲਦੀਆਂ ਰਹਿਣ ਇਹ ਵੀਡੀਓਜ਼ ਤੁਹਾਡੇ ਲਈ ਮਾਸਟਰ ਕੈਡਰ ਪੀ ਡੈਟ ਸੀ ਡੈਟ ਤੇ ਹੋਰ ਜਿਹੜੇ ਕੰਪੀਟੀਟਿਵ ਐਗਜ਼ਾਮ ਹੈ ਇੰਡੀਆ ਲੈਵਲ ਤੇ ਖਾਸ ਕਰਕੇ ਪੰਜਾਬ ਲੈਵਲ ਤੇ ਉਹਨਾਂ ਦੇ ਲਈ ਮਦਦਗਾਰ ਹੋਣਗੇ ਬਹੁਤੀ देर ਨਾ ਕਰਦੇ ਹੋਏ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ ਉਤਰਵਾਦਿਕ ਕਾਲ ਤੇ ਵੈਦਿਕ ਕਾਲ ਵੈਦਿਕ ਕਾਲ ਅਤੇ ਉਤਰਵਾਦਿਕ ਕਾਲ ਸੋ ਇਹਦੀ ਐਮਸੀਕਿਊ ਸੀਰੀਜ਼ ਹੈ ਜਿਹੜੀ ਹੁਣ ਤੁਹਾਨੂੰ ਕਰਵਾਈ ਜਾ ਰਹੀ ਹੈ ਇਹਦੇ ਅਗਲੇ ਆਪਾਂ ਜਿਹੜੇ ਹੈਗੇ 25 ਕੁਐਸਚਨ ਕਰਾਂਗੇ ਪਹਿਲਾਂ ਜਿਹੜੀ ਵੀਡੀਓ ਕਿਸੇ ਨੇ ਨਹੀਂ ਦੇਖੀ ਤਾਂ ਉਹ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦਾ ਹੈ ਐਮਸੀਕਿਊ ਦੀ ਪਲੇਲਿਸਟ ਹੈਗੀ ਆ ਉਸ ਦੇ ਵਿੱਚ ਪਹਿਲਾਂ ਵਾਲੀਆਂ ਵੀਡੀਓਜ਼ ਤੁਸੀਂ ਦੇਖ ਸਕਦੇ ਹੋ ਸੋ ਇਹ ਆਪਣਾ ਅੱਜ ਦਾ ਦੂਜਾ ਪਾਰਟ ਹੈ ਇਸ ਦੇ ਵਿੱਚ ਤੁਹਾਨੂੰ ਜਿਹੜੇ ਹੈਗੇ ਆ ਇਹ ਵੀਡੀਓਜ਼ ਮਿਲਦੇ ਰਹਿਣਗੇ ਐਮਸੀਕਿਊਜ਼ ਅਲੱਗ-ਅਲੱਗ ਟਾਪਿਕ ਤੇ ਸੋ ਚੈਨਲ ਦਾ ਨੇਮ ਜਿਹੜਾ ਪਹਿਲਾਂ ਨਾਨਕ ਅਕੈਡਮੀ ਸੀਗੀ ਉਹ ਚੇਂਜ ਹੋ ਚੁੱਕਿਆ ਹੈ ਇਹ ਨੇਮ ਹੈ ਜਿਹੜਾ ਹੁਣ ਇਹ ਨੇਮ ਚੇਂਜ ਹੋ ਚੁੱਕਿਆ ਸੋ ਤੁਸੀਂ ਹੁਣ ਜਿਹੜਾ ਚੈਨਲ ਦਾ ਨੇਮ ਤੇ ਲੋਗੋ ਦੇਖੋਗੇ ਉਹ ਇਹ ਰਿਹਾ ਜੀ ਐਨ ਡੀ ਐਸ ਅਕੈਡਮੀ ਠੀਕ ਹੈ ਜੀ ਤੁਹਾਡੀ ਲੈਫਟ ਸਾਈਡ ਤੇ ਜਿਹੜਾ ਹੈਗਾ ਚੈਨਲ ਦਾ ਨੇਮ ਆ ਰਿਹਾ ਸੋ ਇਸ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ Telegram ਲਿੰਕ ਹੈ ਜਿਹੜਾ ਉਹ ਜੁਆਇਨ ਕਰ ਸਕਦੇ ਹੋ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਜਿੱਥੇ ਤੁਹਾਨੂੰ PDF ਫਾਈਲਾਂ ਜਿਹੜੀਆਂ ਮਿਲਦੀਆਂ ਰਹਿਣਗੀਆਂ ਆਓ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਲਾਸ ਦਾ ਪਹਿਲਾ ਕੁਐਸਚਨ ਆਪਣਾ ਹੈਗਾ ਜੀ ਇਹ 26ਵਾਂ ਕੁਐਸਚਨ ਅੱਜ ਦੀ ਕਲਾਸ ਦਾ ਇਹ ਪਹਿਲਾ ਕੁਐਸਚਨ ਹੈ ਸੈਕੰਡ ਪਾਰਟ ਦਾ ਜਿਹੜਾ ਹੈਗਾ ਇਹ 26ਵਾਂ ਕੁਐਸਚਨ ਸੋ ਦੇਖੋ ਪਹਿਲਾ ਕੁਐਸਚਨ ਕੀ ਆ ਰਿਹਾ ਅਰੰਭਿਕ ਵੈਦਿਕ ਕਾਲ ਵਿੱਚ ਸਭ ਤੋਂ ਵੱਧ ਚਰਚਿਤ ਨਦੀ ਹੈ ਪਾਵ ਕੀ ਅਰੰਭਿਕ ਵੈਦਿਕ ਕਾਲ ਵਿੱਚ ਸਭ ਤੋਂ ਵੱਧ ਚਰਚਿਤ ਨਦੀ ਕਿਹੜੀ ਹੈ ਆਪਸ਼ਨ ਏ ਸਤੁਦਰਦੀ ਆਪਸ਼ਨ 2 ਸਿੰਧੂ ਆਪਸ਼ਨ 3 ਗੰਗਾ ਆਪਸ਼ਨ 4 ਸਰਸਵਤੀ ਸੋ ਸਹੀ ਉੱਤਰ ਹੈ ਜੀ ਸਿੰਦੂ ਸਿੰਦੂ ਨਦੀ ਹੈ ਜਿਹੜੀ ਵੈਦਿਕ ਕਾਲ ਦੇ ਵਿੱਚ ਸਭ ਤੋਂ ਵੱਧ ਚਰਚਿਤ ਹੋਈ ਹੈ ਭਾਰਤੀਆ ਵਿਦਾਂਤਾਂ ਦੇ ਵਿੱਚ ਉਹਨੂੰ ਸਭ ਤੋਂ ਵੱਧ ਵਿਚਾਰਿਆ ਗਿਆ ਉਹਦਾ ਵਰਣਨ ਕੀਤਾ ਗਿਆ ਸੋ ਲੈਨੇ ਆਪਾਂ ਅਗਲਾ ਕੁਐਸਚਨ ਅਗਲਾ ਕੁਐਸਚਨ ਹੈ ਜੀ ਕਰਮ ਸਿਧਾਂਤ ਦਾ ਸਬੰਧ ਹੈ ਕਰਮ ਸਿਧਾਂਤ ਦਾ ਸਬੰਧ ਕਿਸ ਦੇ ਨਾਲ ਹੈ ਆਪਸ਼ਨ 1 ਮੇਮंसा ਆਪਸ਼ਨ 2 ਨਿਆ ਆਪਸ਼ਨ 3 ਵਿਦਾਂਤ ਆਪਸ਼ਨ 4 ਸਿੱਖਿਆ ਸੋ ਸਹੀ ਉੱਤਰ ਹੈ ਜੀ ਆਪਸ਼ਨ 4 ਜਾਂ ਆਪਸ਼ਨ ਡੀ ਮੇਮ ਮਿਮਾਂਸਾ ਸੋ ਇੱਥੇ ਆਪਸ਼ਨ ਏ ਆਊਗਾ ਠੀਕ ਹੈ ਜੀ ਇਹਨੂੰ ਚੇਂਜ ਕਰ ਲਿਓ ਇੱਥੇ ਡੀਪ ਲੇਕਨ ਨਾਲ ਪਾਇਆ ਗਿਆ ਆਪਸ਼ਨ ਏ ਮਿਮਾਂਸਾ ਇਸ ਦਾ ਜਿਹੜਾ ਹੈਗਾ ਸਹੀ ਉੱਤਰ ਹੈ ਅੰਗੇ ਚੱਲਦੇ ਹਾਂ ਜੀ ਆਪਣਾ ਅਗਲਾ ਕੁਐਸਚਨ ਹੈ ਚਰਕ ਸਹਿਨਤਾ ਪੁਸਤਕ ਦਾ ਵਿਸ਼ਾ ਹੈ ਆਪਸ਼ਨ ਏ ਅਰਸ਼ਸ਼ਤਰ ਆਪਸ਼ਨ ਬੀ ਰਾਜਨੀਤੀ ਆਪਸ਼ਨ ਸੀ ਚਿਕਿਤਸਾ ਆਪਸ਼ਨ ਡੀ ਧਰਮ ਸੋ ਸਹੀ ਉੱਤਰ ਹੈ ਜੀ ਆਪਸ਼ਨ ਸੀ ਚਿਕਿਤਸਾ ਆਪਣਾ 29ਵਾਂ ਕੁਐਸਚਨ ਹੈ ਜੀ ਆਰੀਅਨ ਕਿਸ ਤੋਂ ਅਣਜਾਣ ਸਨ ਆਪਸ਼ਨ ਏ ਸੋਨਾ ਆਪਸ਼ਨ ਬੀ ਚਾਂਦੀ ਆਪਸ਼ਨ ਸੀ ਕੋੜਾ ਆਪਸ਼ਨ ਡੀ ਲੋਹਾ ਤੋਂ ਸਹੀ ਉੱਤਰ ਹੈ ਜੀ ਆਪਸ਼ਨ ਡੀ ਲੋਹਾ ਲੋਹੇ ਤੋਂ ਆਰੀਅਨ ਅਣਜਾਣ ਸਨ ਕੋੜੇ ਤੋਂ ਜਿਹੜੇ ਹੈਗੇ ਆ ਉਹ ਸਿੰਧ ਘਾਟੀ ਦੇ ਲੋਕ ਅਣਜਾਣ ਸੀ ਅੱਗੇ ਹੈਗਾ ਜੀ 30ਵਾਂ ਕੁਐਸਚਨ ਰਿਗਵੇਦ ਵਿੱਚ ਮੰਡਲਾਂ ਦੀ ਗਿਣਤੀ ਕਿੰਨੀ ਹੈ ਆਪਸ਼ਨ ਏ 7 ਆਪਸ਼ਨ ਬੀ ਅਟ অপਸ਼ਨ ਸੀ 9 অপਸ਼ਨ ਡੀ 10 ਤੋਂ ਸਹੀ ਉੱਤਰ ਹੈ ਜੀ অপਸ਼ਨ ਡੀ 10 ਜਿਹੜੇ ਰਗਵੇਦ ਦੇ ਵਿੱਚ 10 ਮੰਡਲ ਹੈ ਜਿਹੜਾ 10ਵਾਂ ਮੰਡਲ ਹੈ ਉਹ ਬਾਅਦ ਚ ਜੋੜਿਆ ਗਿਆ ਤੇ ਇੱਕ ਪਹਿਲਾ ਮੰਡਲ ਇਹਦੇ ਵਿੱਚ ਬਾਅਦ ਚ ਜੋੜੇ ਗਏ ਆਪਣਾ ਅਗਲਾ ਕੁਐਸਚਨ ਹੈ ਜੀ ਕਿਸ ਵੇਦ ਦੀ ਰਚਨਾ ਗਧ ਰੂਪ ਵਿੱਚ ਕੀਤੀ ਗਈ ਹੈ ਠੀਕ ਹੈ ਜੀ ਇਹ ਧਿਆਨ ਚ ਰੱਖਿਓ ਕੁਐਸਚਨ ਹੈਗਾ ਜਿਹੜਾ ਉਹਨਾਂ ਨੇ ਪੁੱਛਿਆ ਕਿਸ ਵੇਦ ਦੀ ਰਚਨਾ ਗਾਧ ਰੂਪ ਵਿੱਚ ਕੀਤੀ ਗਈ ਹੈ ਜਿਨਾਂ ਨਾਲ ਐਵੇਂ ਵੀ ਆਜੇ ਕਿ ਕਿਸ ਵੇਦ ਦੀ ਰਚਨਾ ਗਾਧ ਅਤੇ ਪਾਧ ਰੂਪ ਵਿੱਚ ਕੀਤੀ ਗਈ ਹੈ ਤਾਂ ਵੀ ਉਸ ਆਪਸ਼ਨਾਂ ਜਿਹੜੀਆਂ ਦੇ ਵਿੱਚੋਂ ਉੱਤਰ ਜਿਹੜਾ ਆਪਾਂ ਚੁਣਾਂਗੇ ਉਹ ਹੀ ਰਹੂਗਾ ਪਹਿਲੀ ਆਪਸ਼ਨ ਹੈ ਜੀ ਸਾਮਵੇਦ ਦੂਜੀ ਆਪਸ਼ਨ ਹੈ ਯਜੁਰਵੇ ਤੀਜੀ ਆਪਸ਼ਨ ਹੈ ਅਥਰਵ ਵੇਦ ਚੌਥੀ ਆਪਸ਼ਨ ਹੈ ਰਗਵੇਦ ਸੋ ਸਹੀ ਆਪਸ਼ਨ ਹੈ ਜੀ অপশন বি যজুর্বেদ ਜਿਹੜਾ যজুর্বেਦ ਹੈ ਉਹ ਸਾਰਾ ਗਾਧ ਅਤੇ ਪਦ ਰੂਪ ਦੇ ਵਿੱਚ ਲਿਖਿਆ ਹੋਇਆ ਸੋ ਇਹ ਨੋਟ ਕਰਨਾ ਅੱਗੇ ਹੈ ਜੀ ਆਪਣਾ ਅਗਲਾ ਕੁਐਸਚਨ ਸਭਾ ਅਤੇ 스미ਤੀ ਰਾਜੇ ਦੀਆਂ ਪੁੱਤਰੀਆਂ ਸਨ ਕਿਸ ਵੇਦ ਵਿੱਚ ਕਿਹਾ ਗਿਆ ਹੈ অপশন এ সামবেদ অপশন বি যজুর্বেদ অপশন সি અથਰਵ ਵੇਦ অপশন ਡੀ ਰਿਗਵੇਦ ਤੇ ਸਹੀ ਉੱਤਰ ਹੈ ਜੀ ਅਥਰਵ ਵੇਦ ਅਥਰਵ ਵੇਦ ਦੇ ਵਿੱਚ ਜਿਹੜੀ ਸਵਾ ਅਤੇ ਸਮਿਤੀ ਆ ਉਹਨੂੰ ਰਾਜੇ ਦੀਆਂ ਦੋ ਪੁੱਤਰੀਆਂ ਕਿਹਾ ਗਿਆ ਹੈ ਸੋ ਲੈਨੇ ਆਪਾਂ ਆਪਣਾ ਅਗਲਾ ਕੁਐਸਚਨ ਅਗਲਾ ਕੁਐਸਚਨ ਹੈ ਜੀ ਸਭ ਤੋਂ ਪੁਰਾਣਾ ਬ੍ਰਾਹਮਣ ਗ੍ਰੰਥ ਕਿਹੜਾ ਹੈ ਆਪਸ਼ਨ A ਛਤਪਤ ਆਪਸ਼ਨ B ਇਤ੍ਰਿਆ ਆਪਸ਼ਨ C ਗੋਪਤ ਆਪਸ਼ਨ D ਪੰਚਵਿਸ਼ ਤੇ ਸਹੀ ਉੱਤਰ ਹੈ ਜੀ ਆਪਸ਼ਨ A ਛਤਪਤ ਜਿਹੜਾ ਛਤਪਤ ਪੁਰਾਣ ਹੈ ਉਹ ਪ੍ਰਾਣਾ ਦੇ ਵਿੱਚੋਂ ਜਿਹੜਾ ਸਭ ਤੋਂ ਪੁਰਾਣਾ ਬ੍ਰਾਹਮਣ ਗ੍ਰੰਥ ਹੈਗਾ ਅੱਗੇ ਹੈਗਾ ਜੀ ਆਪਣਾ ਅਗਲਾ ਕੁਐਸਚਨ ਵੈਦਿਕ ਯੁੱਗ ਵਿੱਚ ਜਬ ਤੋਂ ਭਾਵ ਸੀ ਭਾਵ ਕੀ ਹੈ ਵੈਦਿਕ ਯੁੱਗ ਵਿੱਚ ਇੱਕ ਸ਼ਬਦ ਵਰਤੇ ਜਾਂਦਾ ਸੀ ਜਬ ਉਸ ਦਾ ਕੀ ਅਰਥ ਸੀ ਆਪਸ਼ਨ ਏ ਕਣਕ ਆਪਸ਼ਨ ਬੀ ਚਾਵਲ ਆਪਸ਼ਨ ਸੀ जौ ਆਪਸ਼ਨ ਡੀ ਇਹਨਾਂ ਵਿੱਚੋਂ ਕੋਈ ਨਹੀਂ ਤੇ ਸਹੀ ਉੱਤਰ ਹੈ ਜੀ ਆਪਸ਼ਨ ਸੀ जौ ਜੋ ਹਨ ਜਿਹੜੇ ਉਹਨਾਂ ਨੂੰ ਜਵ ਕਹਿ ਕੇ ਬੁਲਾਇਆ ਜਾਂਦਾ ਸੀ ਅਗਲਾ ਕੁਐਸਚਨ ਹੈਗਾ ਜੀ ਆਪਣਾ ਗੋਤਰ ਪ੍ਰਣਾਲੀ ਸ਼ੁਰੂ ਹੋਈ ਆਪਸ਼ਨ A ਵੈਦਿਕ ਕਾਲ ਵਿੱਚ ਆਪਸ਼ਨ B ਮਹਾਕਾਵ ਕਾਲ ਵਿੱਚ ਆਪਸ਼ਨ C ਸ਼ੂਤਰ ਕਾਲ ਵਿੱਚ ਆਪਸ਼ਨ D ਉੱਤਰ ਵੈਦਿਕ ਕਾਲ ਵਿੱਚ ਸੋ ਸਹੀ ਉੱਤਰ ਹੈ ਜੀ ਉੱਤਰ ਵੈਦਿਕ ਕਾਲ ਵਿੱਚ ਜਿਹੜੀ ਗੋਤਰ ਪ੍ਰਣਾਲੀ ਉਹ ਸ਼ੁਰੂ ਹੋ ਗਈ ਸੀ ਅਗਲਾ ਕੁਐਸਚਨ ਹੈ ਜੀ ਵਿਰੀ ਸ਼ਬਦ ਦਾ ਪ੍ਰਯੋਗ ਕਿਸ ਲਈ ਹੁੰਦਾ ਸੀ ਆਪਸ਼ਨ A ਕਣਕ অপশন বি जौ অপশন সি चावल অপশন ডি কপা সঠিক উত্তর ਹੈ ਜੀ অপশন সি चावल चावल ਨੂੰ ਵੀ ਰਹੀ ਕਿਹਾ ਜਾਂਦਾ ਸੀਗਾ ਵੈਦਕਾਲ ਦੇ ਵਿੱਚ ਲੈਨੇ ਆ ਆਪਣਾ ਅਗਲਾ ਕੁਐਸਚਨ ਅਗਲਾ ਕੁਐਸਚਨ ਹੈ ਜੀ ਅਥਰਵ ਤੋਂ ਭਾਵ ਹੈ অপশন এ ਪਵਿੱਤਰ ਜਾਦੂ অপশন বি ਯੱਗ অপশন সি ਚਿਕੈਸਾ অপশন ਡੀ ਦਰਸ਼ਨ ਸਹੀ ਜਿਹੜਾ ਉੱਤਰ ਹੈ ਜੀ ਆਪਸ਼ਨ A ਪਵਿੱਤਰ ਜਾਦੂ ਅਥਰਵ ਤੋਂ ਭਾਵ ਹੈ ਜਾਦੂ ਅੱਗੇ ਹੈਗਾ ਜੀ ਅਗਲਾ ਕੁਐਸਚਨ ਅਸ਼ਟਦੇਯ ਦਾ ਲੇਖਕ ਕੌਣ ਹੈ ਇਹ ਮਾਸਟਰ ਕੈਟਰ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਟੈਟ ਦੇ ਵਿੱਚ ਵੀ ਆਇਆ ਹੈ ਆਪਸ਼ਨ A ਹੈ ਜੀ ਗੌਤਮ ਆਪਸ਼ਨ B ਹੈ ਕਪਲ ਆਪਸ਼ਨ C ਹੈ ਪਤੰਜਲੀ ਆਪਸ਼ਨ D ਹੈ ਪਾਨਣੀ ਤੇ ਸਹੀ ਉੱਤਰ ਹੈ ਜੀ ਆਪਸ਼ਨ D ਪਾਨਣੀ ਅਗਲਾ ਕੁਐਸਚਨ ਲੈਣੇ ਆ ਜੀ ਅਗਲਾ ਕੁਐਸਚਨ ਹੈ ਪ੍ਰਾਚੀਨ ਸੁਮਿਤੀ ਹੈ ਆਪਸ਼ਨ A ਜਗ ਕਲਯਾ ਆਪਸ਼ਨ ਬੀ 파ਰਸ਼ਿਕ ਆਪਸ਼ਨ ਸੀ ਨਾਰਦ ਆਪਸ਼ਨ ਡੀ ਮੰਨੂ ਪ੍ਰਾਚੀਨ ਸਮਿਤੀ ਕਿਹੜੀ ਹੈ ਜੀ ਮੰਨੂ ਮੰਨੂ ਸਮ੍ਰਿਤੀ ਹੈ ਜਿਹੜੀ ਜਿਹਨੂੰ ਮੰਨੂ ਸਮਿਤੀ ਕਹਿੰਦੇ ਆ ਉਹ ਸਭ ਤੋਂ ਪੁਰਾਤਨ ਹੈਗੀ ਅੱਗੇ ਹੈਗਾ ਜੀ 40ਵਾਂ ਕੁਐਸਚਨ ਆਪਣਾ ਕਿਹੜਾ ਪ੍ਰਾਣ ਸਭ ਤੋਂ ਪੁਰਾਤਨ ਹੈ ਆਪਸ਼ਨ A ਵਿਸ਼ਨੂ ਆਪਸ਼ਨ B ਵాయు ਆਪਸ਼ਨ C ਭਾਗਵਤ ਆਪਸ਼ਨ D ਮਤਸਯ ਮਤਸਯ ਇਨਾਂ ਦੇ ਵਿੱਚੋਂ ਜੀ ਸਹੀ ਆਪਸ਼ਨ ਗੈਸ ਕਰੋ ਸਹੀ ਆਪਸ਼ਨ ਹੈ ਜੀ ਆਪਸ਼ਨ ਡੀ ਮਤਸਯ ਕਿਹੜਾ ਪੁਰਾਣ ਸਭ ਤੋਂ ਪੁਰਾਤਨ ਹੈ ਉਹ ਹੈਗਾ ਜੀ ਮਤਸਯਾ ਪੁਰਾਣ ਅਗਲਾ ਕੁਐਸਚਨ ਲੈਣੇ ਆ ਜੀ ਅਗਲਾ ਕੁਐਸਚਨ ਹੈ ਵੈਦਕ ਕਾਲ ਦੀ ਸਭ ਤੋਂ ਪਵਿੱਤਰ ਨਦੀ ਹੈ ਆਪਸ਼ਨ ਏ ਸਿੰਧੂ ਆਪਸ਼ਨ ਬੀ ਸਰਸਵਤੀ ਆਪਸ਼ਨ ਸੀ ਪ੍ਰੋਸ਼ਟੀ ਆਪਸ਼ਨ ਡੀ ਸ਼ਤੂਦਰ ਰਦੀ ਆਪਸ਼ਨ ਡੀ ਸ਼ਤੂਰ ਰਦੀ ਸੋ ਇਹਨਾਂ ਦੇ ਵਿੱਚੋਂ ਸਹੀ ਆਨਸਰ ਹੈ ਜੀ অপਸ਼ਨ ਬੀ ਸਰਸਵਤੀ ਵੈਦਿਕ ਕਾਲ ਦੀ ਸਭ ਤੋਂ ਪਵਿੱਤਰ ਨਦੀ ਹੈ ਜਿਹੜੀ ਵੈਦਿਕ ਕਾਲ ਦੇ ਵਿੱਚ ਪਵਿੱਤਰ ਨਦੀ ਮੰਨੀ ਜਾਂਦੀ ਸੀ ਅਗਲਾ ਕੁਐਸਚਨ ਲੈਣੇ ਆ ਜੀ ਅਗਲਾ ਕੁਐਸਚਨ ਹੈ ਉੱਤਰ ਵੈਦਿਕ ਕਾਲ ਦਾ ਸਭ ਤੋਂ ਮਹਾਨ ਦੇਵਤਾ ਕੌਣ ਹੈ অপਸ਼ਨ ਏ ਇੰਦਰ অপਸ਼ਨ ਬੀ ਵਿਸ਼ਨੂੰ অপਸ਼ਨ ਸੀ ਪ੍ਰਜਾਪਤੀ অপਸ਼ਨ ਡੀ ਰੂਦਰ ਸਹੀ ਉੱਤਰ ਹੈ ਜੀ ਪ੍ਰਜਾਪਤੀ অপਸ਼ਨ ਸੀ ਪ੍ਰਜਾਪਤੀ ਹੈ ਜਿਹੜਾ ਉਹ ਸਹੀ ਉੱਤਰ ਹੈ ਇਸ ਦਾ ਠੀਕ ਹੈ ਜੀ ਇਹ ਸਭ ਤੋਂ ਮਹਾਨ ਦੇਵਤਾ ਸੀਗਾ ਉੱਤਰ ਵੈਦਕ ਕਾਲ ਦਾ ਇਹ ਧਿਆਨ ਚ ਰੱਖਿਓ ਅੱਗੇ ਹੈਗਾ ਜੀ ਨੈਕਸਟ ਕੁਐਸਚਨ ਆਪਣਾ ਮੰਨੂ ਸਮ੍ਰਿਤੀ ਦਾ ਸਬੰਧ ਹੈ ਆਪਸ਼ਨ ਏ ਸਮਾਜਿਕ ਵਿਵਸਥਾ ਨਾਲ ਆਪਸ਼ਨ ਬੀ ਰਾਜਨੀਤਿਕ ਵਿਵਸਥਾ ਨਾਲ ਆਪਸ਼ਨ ਸੀ ਆਰਥਿਕ ਢਾਂਚੇ ਨਾਲ ਆਪਸ਼ਨ ਡੀ ਕਾਨੂੰਨ ਨਾਲ ਤੇ ਸਹੀ ਉੱਤਰ ਹੈ ਜੀ ਸਮਾਜਿਕ ਵਿਵਸਥਾ ਨਾਲ ਮੰਨੂ ਸਮ੍ਰਿਤੀ ਦਾ ਸਬੰਧ ਹੈ ਜਿਹੜਾ ਉਹ ਸਮਾਜਿਕ ਵਿਵਸਥਾ ਨਾਲ ਹੈ ਗੇ ਹੈਗਾ ਜੀ ਆਪਣਾ ਨੈਕਸਟ ਕੁਐਸਚਨ 44ਵਾਂ ਗਾਇਤਰੀ ਮੰਤਰ ਕਿਸ ਨੇ ਲਿਖਿਆ ਆਪਸ਼ਨ A ਚਾਣਕਿਆ ਆਪਸ਼ਨ B ਮੰਨੂ ਆਪਸ਼ਨ C ਵਿਸ਼ਵਾਮਿੱਤਰ ਆਪਸ਼ਨ D ਇੰਦਰ ਸੋ ਸਹੀ ਉੱਤਰ ਹੈ ਜੀ ਆਪਸ਼ਨ C ਵਿਸ਼ਵਾਮਿੱਤਰ ਗਾਇਤਰੀ ਮੰਤਰ ਜਿਹੜਾ ਉਸ ਦੀ ਰਚਨਾ ਵਿਸ਼ਵਾਮਿੱਤਰ ਨੇ ਕੀਤੀ ਸੀ ਚਾਣਕਿਆ ਨੇ ਜਿਹੜੀ ਹੈਗੀ ਆ ਅਰਸ਼ਸ਼ਤਰ ਲਿਖੀ ਸੀ ਅਗਲਾ ਕੁਐਸਚਨ ਹੈ ਜੀ ਆਪਣਾ ਅਵੈਸਤਾ ਅਤੇ ਰਿਗਵੇਦ ਵਿੱਚ ਸਮਾਨਤਾ ਹੈ ਅਵੇਸਤਾ ਦਾ ਸਬੰਧ ਹੈ ਅਵੇਸਤਾ ਤੇ ਰਗਵੇਦ ਦੇ ਵਿੱਚ ਕਹਿੰਦੇ ਸਮਾਨਤਾ ਹੈ ਤੇ ਅਵੇਸਤਾ ਦਾ ਸਬੰਧ ਕਿਸ ਨਾਲ ਹੈ অপਸ਼ਨ A ਭਾਰਤ ਨਾਲ অপਸ਼ਨ B ਇਰਾਕ ਨਾਲ অপਸ਼ਨ C ਈਰਾਨ ਨਾਲ অপਸ਼ਨ D ਮਿਸਰ ਨਾਲ ਸਹੀ ਉੱਤਰ ਹੈ ਜੀ ਈਰਾਨ ਨਾਲ অপਸ਼ਨ C ਈਰਾਨ ਅਵੇਸਤਾ ਜਿਹੜਾ ਹੈਗਾ ਉਹ ਈਰਾਨ ਦਾ ਗ੍ਰੰਥ ਹੈ ਪ੍ਰਾਤਨ ਜਿਵੇਂ ਆਪਣੇ ਜਿਹੜਾ ਹੈਗਾ ਭਾਰਤ ਦਾ ਰਗਵੇਦ ਪ੍ਰਾਤਨ ਗ੍ਰੰਥ ਹੈ ਠੀਕ ਹੈ ਇਹ ਉਹਦੇ ਨਾਲ ਮਿਲਦਾ ਹੈ ਭਾਵ ਉਹਦੇ ਨਾਲ ਮੈਚ ਕਰਦਾ ਹੈ ਅੱਗੇ ਹੈਗਾ ਜੀ 46ਵਾਂ ਕੁਐਸਚਨ ਆਰੀਆ ਦੇ ਆਰਕਟਿਕ ਹੋਮ ਦਾ ਪੱਖ ਪਾਤੀ ਹੈ ਭਾਵ ਕੀ ਆਰਕਟਿਕ ਹੋਮ ਹੈ ਜਿਹੜਾ ਆਰੀਆ ਦਾ ਆਰਕਟਿਕ ਹੋਮ ਸੀ ਇਸ ਇਹਦਾ ਪੱਖ ਕੌਣ ਕਰਦਾ ਹੈ ਜਾਂ ਇਹ ਵਿਚਾਰ ਨਾਲ ਸਹਿਮਤ ਕੌਣ ਹੈ ਆਪਸ਼ਨ ਏ ਕਨਿੰਗਮ ਆਪਸ਼ਨ ਬੀ ਏ ਸੀ ਦਾਸ ਆਪਸ਼ਨ ਸੀ ਆਰ ਜੀ ਤਿਲਕ ਆਪਸ਼ਨ ਡੀ ਬੀ ਜੀ ਤਿਲਕ ਸੋ ਸਹੀ ਉੱਤਰ ਹੈ ਜੀ ਬੀ ਜੀ ਤਿਲਕ ਬਾਲ ਗੰਗਾਦਰ ਤਿਲਕ ਇਹਦਾ ਪੁਰਾਣਾ ਨਾਮ ਹੈਗਾ ਇਹਨਾਂ ਦਾ ਬਾਲ ਗੰਗਾ ਦਾ ਤਿਲਕ ਜਿਹੜਾ ਉਹ ਕਹਿੰਦਾ ਸੀ ਕਿ ਆਰੀਅਨ ਨੇ ਜਿਹੜੇ ਉਹ ਆਰਕਟਿਕ ਹੋਮ ਦੇ ਹੀ ਵਾਸੀ ਹੈ ਭਾਵੇਂ ਇਥੋਂ ਦੇ ਹੀ ਵਾਸੀ ਹੈ ਲੈਨੇ ਆਪਾਂ ਅਗਲਾ ਕੁਐਸਚਨ ਅਗਲਾ ਕੁਐਸਚਨ ਹੈ ਜੀ ਰਗਵੇਦ ਵਿੱਚ ਸੂਤਕ ਹਨ ਸੂਤਕਾਂ ਦੀ ਗਿਣਤੀ ਪੁੱਛਿਆ ਸਾਨੂੰ ਆਪਸ਼ਨ A 1017 ਆਪਸ਼ਨ B 1030 ਆਪਸ਼ਨ C 1028 অপশন ডি 1128 ਸਹੀ ਉੱਤਰ ਹੈ ਜੀ অপশন ਸੀ 1028 1028 ਸੂਤ ਕੈਦੇ ਵਿੱਚ ਠੀਕ ਹੈ ਜੀ ਤੇ 10 ਮੰਡਲ ਹੈ ਇਹ ਧਿਆਨ ਚ ਰੱਖਣਾ ਅੱਗੇ ਹੈਗਾ ਜੀ ਸਾਨੂੰ ਅਗਲਾ ਕੁਐਸਚਨ ਆਰਿਆ ਦੇ ਮੁੱਖ ਰੂਪ ਵਿੱਚ ਪੀਣ ਵਾਲਾ ਪਦਾਰਥ ਸੀ ਭਾਵ ਕੀ ਹੈ ਜਿਹੜਾ ਆਰਿਆ ਜ਼ਿਆਦਾ ਪੀਂਦੇ ਸੀ ਆਰੀਆਂ ਨੂੰ ਉਹ ਕਿਹੜਾ ਪਦਾਰਥ ਸੀ অপশন ਏ ਸੋਮਰਸ অপশন ਬੀ ਮੇਗਰਸ অপশন ਸੀ ਜਲਰਸ অপশন ਡੀ ਵਾਸਰਸ ਸਹੀ ਉੱਤਰ ਹੈ ਜੀ অপਸ਼ਨ A ਸੋਮਰਸ ਸੋਮਰਸ ਨੂੰ ਜਿਹੜੇ ਹੈਗਾਰੀਆਨ ਪੀਂਦੇ ਸੀ ਅੱਗੇ ਹੈਗਾ ਜੀ ਸਾਡਾ ਅਗਲਾ ਕੁਐਸਚਨ ਉੱਤਰ ਵੈਦਕਾਲ ਵਿੱਚ ਪੱਕੀਆਂ ਇੱਟਾਂ ਪਹਿਲੀ ਵਾਰ ਕਿਸ ਸਥਾਨ ਤੋਂ ਮਿਲੀਆਂ ਪਹਿਲੀ ਵਾਰ ਕਿੱਥੋਂ ਮਿਲੀਆਂ ਪੱਕੀਆਂ ਇੱਟਾਂ অপਸ਼ਨ A ਲੋਥਲ অপਸ਼ਨ B ਕੋਸ਼ੰਬੀ অপਸ਼ਨ C ਪਟਨਾ অপশন ডি Varanasi ਸਹੀ ਉੱਤਰ ਹੈ ਜੀ অপশন B ਕਸ਼ੰਬੀ ਕਸ਼ੰਬੀ ਤੋਂ ਜਿਹੜੇ ਹੈਗੀਆਂ ਪੱਕੀਆਂ ਇੱਟਾਂ ਦਾ ਨਮੂਨਾ ਮਿਲਿਆ ਉੱਤਰ ਪ੍ਰਾਦਕਾਲ ਦੇ ਵਿੱਚ ਸਭ ਤੋਂ ਪਹਿਲਾਂ ਭਾਗ ਕੀ ਹੈ ਉੱਥੇ ਪ੍ਰਯੋਗ ਹੋਇਆ ਹੈ ਮੰਨਿਆ ਜਾਂਦਾ ਆਪਾਂ ਇਸ ਦਾ ਲਾਸਟ ਕੁਐਸਚਨ ਲੈਣੇ ਆ ਜੀ ਲਾਸਟ ਕੁਐਸਚਨ ਹੈ ਜੀ ਆਪਣਾ ਮਹਾਭਾਰਤ ਦਾ ਪੁਰਾਣਾ ਨਾਂ ਸੀ ਮਹਾਭਾਰਤ ਦਾ ਪੁਰਾਣਾ ਨਾਂ ਜਾਂ ਪੁਰਾਤਨ ਨਾਂ ਕੀ ਸੀਗਾ অপਸ਼ਨ A ਰਾਮ ਕਥਾ অপਸ਼ਨ B ਕ੍ਰਿਸ਼ਨ ਕਥਾ অপশন সি ভাগবত কথা অপশন ডি জয় সহন্তা সঠিক উত্তর ਹੈ ਜੀ অপশন ডি জয় সহন্তা ਸੋ ਇਹ ਸੀ ਆਪਣੀ ਅੱਜ ਦੀ ਕਲਾਸ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਅਗਲਾ ਟਾਪਿਕ ਲੈ ਕੇ ਸੋ ਜਿਸ ਵੀ ਕਿਸੇ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਹਨੂੰ ਸਬਸਕ੍ਰਾਈਬ ਜਰੂਰ ਕਰੋ ਆਪਣੇ ਦੋਸਤਾਂ ਦੇ ਨਾਲ ਵੀਡੀਓਜ਼ ਨੂੰ ਸ਼ੇਅਰ ਕਰੋ ਨੋਟਸਾਂ ਦੀ ਪ੍ਰਾਪਤੀ ਲਈ ਤੁਸੀਂ ਸਾਨੂੰ WhatsApp ਨੰਬਰ ਤੇ ਕੰਟੈਕਟ ਕਰ ਸਕਦੇ ਹੋ WhatsApp ਨੰਬਰ ਤੇ ਕੰਟੈਕਟ ਕਰਕੇ ਤੁਸੀਂ ਜਿਹੜਾ ਹੈਗਾ 7 ਹੋਏ ਨੋਟਸ ਪ੍ਰਾਪਤ ਕਰ ਸਕਦੇ ਹੋ ਜਿਹੜੀ ਥਿਉਰੀ ਦੀਆਂ ਦੇ ਨੋਟਸ ਹੈ ਉਹ ਤੁਹਾਨੂੰ ਟੈਲੀਗ੍ਰਾਮ ਲਿੰਕ ਤੇ ਵੀ ਮਿਲ ਜਾਣਗੇ ਟੈਲੀਗ੍ਰਾਮ ਲਿੰਕ ਤੇ ਜਿਹੜੇ ਹੈਗਾ ਤੁਸੀਂ ਉਹਨੂੰ ਜੁਆਇਨ ਕਰਕੇ ਟੈਲੀਗ੍ਰਾਮ ਲਿੰਕ ਨੂੰ ਵੀ ਨੋਟਸ ਪ੍ਰਾਪਤ ਕਰ ਸਕਦੇ ਹੋ ਟੈਲੀਗ੍ਰਾਮ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ WhatsApp ਕੰਟੈਕਟ ਨੰਬਰ ਹੈ ਜੀ ਸਾਡਾ 9056276003 ਇਹ ਸਿਰਫ WhatsApp ਕੰਟੈਕਟ ਨੰਬਰ ਹੈ ਇੱਥੇ ਤੁਸੀਂ ਸਾਨੂੰ ਮੈਸੇਜ ਕਰਕੇ ਜਿਹੜੇ ਹੈਗੇ ਨੋਟਸਾਂ ਦੀ ਪ੍ਰਾਪਤੀ ਕਰ ਸਕਦੇ ਹੋ ਸੋ ਤੁਹਾਨੂੰ ਫਿਰ ਇੱਕ ਵਾਰ ਰਿਕਵੈਸਟ ਹੈ ਕਿ ਸਾਡੇ ਚੈਨਲ ਨੂੰ లైక్ షేర్ ਤੇ সাবస్క్రిబ్ जरूर ਕਰੋ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਅਗਲੀ ਕਲਾਸ